अचरज किछु कहने
अच्छे
आश्चर्य दी तुहाडे नाल सांझी करन लगा। और अजीब गल है, ओ आश्चर्य दी गल आश्चर्य रूप विच अज दी बनी हुई नहीं, सदियां बीत गईयां। आश्चर्य उन्हूं कहिंदे ने जिहड़ी अनोखी गल होवे, जिंदे बारे मनुख दे क्याफे ही होण, जिंदे बारे विश्वास ते यकीन विच क्याफा ना बदले। ते ओ गल भी हैरान कुन होवे,
ਅਸਚਰਚ ਆਪਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਾ ਪੁਰਬ ਮਨਾ ਰਹੇ ਹਾਂ। ਮੈਂ ਉਸ ਸੰਬੰਧੀ ਤੁਹਾਡੇ ਨਾਲ ਕੁਝ ਗੁਰਬਾਣੀ ਵਿੱਚੋਂ ਹੀ ਗੱਲਾਂ ਕਰਨਾ ਚਾਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਅੱਜ ਕੱਲ੍ਹ ਦੋ ਚਾਰ ਦਸ ਮਹੀਨੇ ਦਾ ਫੈਸਲਾ ਨਹੀਂ, ਅਡੰਬਰ ਨਹੀਂ, ਸੰਪਾਦਨਾ ਨਹੀਂ, ਰੂਪਮਾਨ ਨਹੀਂ। ਲਗਭਗ ਸਾਢੇ 400 ਸਾਲ ਤੋਂ ਉੱਪਰ ਹੋ ਚੱਲਿਆ। ਇਹ ਗੱਲ ਅੱਜ ਤੱਕ ਅਸਚਰਜ ਰੂਪ ਵਿੱਚ ਕਿਉਂ ਹੈ? ਕੀ ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਛਾਣ ਲਿਆ? ਆਹ ਲਫ਼ਜ਼ ਜਿਹੜੇ ਨੇ ਮੈਂ ਇੱਥੇ ਰੁਕਣਾ ਚਾਹੁੰਦਾ, ਜ਼ਰਾ ਇਸ ਲਾਈਨ ਨੂੰ ਦੁਬਾਰਾ ਪੜ੍ਹ ਲਈਏ। ਅਚਰਜ ਅਚਰਜ ਕਿਛ ਕਹਿਣ ਨਾ ਜਾਈ, ਕੁਛ ਅਸਚਰਜ ਜਿਹਾ ਹੈ ਜਿਹੜਾ ਚਾਰ ਸਾਢੇ 400 ਸਾਲ ਤੋਂ ਅਸਚਰਜ ਹੀ ਬਣਿਆ ਹੋਇਆ ਹੈ। ਅੱਜ ਵੀ ਸਦੀਆਂ ਬਾਅਦ ਲੋਕ ਅਜੇ ਪੁੱਛ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ, ਕੀ ਫੈਸਲਾ ਹੈ? ਇਹਦਾ ਮਤਲਬ ਪਤਾ ਨਹੀਂ, ਸਾਢੇ 400 ਸਾਲ ਵਿੱਚ ਅਸੀਂ ਜਾਣ ਨਹੀਂ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ। ਪਰ ਅਗਲੀ ਲਾਈਨ ਨੇ ਇਸ ਗੱਲ 'ਤੇ ਮੋਹਰ ਲਾ ਦਿੱਤੀ, ਕਹਿਣ ਲੱਗੇ ਅਚਰਜ ਕਿਛ ਕਹਿਣ ਨਾ ਜਾਈ। ਕਿਉਂ? ਬਸਤ ਅਗੋਚਰ ਭਾਈ, ਇਹ ਵਸਤੂ ਉਹ ਹੈ, ਅਗੋਚਰ ਦਾ ਮਤਲਬ ਹੁੰਦਾ ਜਿਹਦੇ ਤੱਕ ਪਹੁੰਚ ਨਾ ਹੋਵੇ। ਇਹ ਕੰਮ ਮੇਰੇ ਗੋਚਰੇ ਨਹੀਂ, ਮੇਰੇ ਘੇਰੇ ਵਿੱਚ ਨਹੀਂ ਆਉਂਦਾ, ਮੈਂ ਇਸ ਨੂੰ ਨਹੀਂ ਕਰ ਸਕਦਾ, ਹੱਥ ਖੜੇ ਕਰ ਦੇਵੇ। ਗੁਰੂ ਕਹਿੰਦੇ ਨੇ ਇਹ ਵਸਤੂ ਉਹ ਹੈ ਜਿਹੜੀ ਅਗੋਚਰ ਹੈ। ਭਾਈ ਮੇਰੇ ਮਿੱਤਰੋ, ਭਾਈ ਮੇਰੇ ਮਿੱਤਰੋ, ਇਹ ਵਸਤੂ ਅਗੋਚਰ ਹੈ ਜਿਹਦੇ ਤੱਕ ਪਹੁੰਚ ਨਹੀਂ। ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹਰ ਗੱਲ ਦਾ ਜਵਾਬ ਦਿੱਤਾ। ਕਹਿੰਦੇ ਨੇ ਸਤਿਗੁਰ ਨੂੰ ਸਭ ਕੋ ਦੇਖਦਾ, ਚਾਰ ਸਾਢੇ 400 ਸਾਲ ਗੁਜ਼ਰ ਗਏ ਨੇ, ਦੇਖੀ ਜਾਂਦੇ ਨੇ ਕੀ ਆ ਇਹਦੇ ਵਿੱਚ, ਪੁੱਛੀ ਜਾਂਦੇ ਨੇ ਕੀ ਆ ਇਹਦੇ ਵਿੱਚ, ਦੇਖਦੇ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ ਕਿੱਥੇ ਮੁਕਤ ਨਾ ਹੋਵੇ। ਫੈਸਲਾ ਕੋਈ ਅੱਜ ਦਾ ਥੋੜਾ ਹੈ, ਸੋਚ ਲੈ, ਇਹ ਫੈਸਲਾ ਅੱਜ ਦਾ ਨਹੀਂ, ਬੜੇ ਅਖੰਡ ਪਾਠ ਹੋਏ, ਬੜੇ ਸਹਿਜ ਪਾਠ ਹੋਏ, ਬੜੇ ਲੈਕਚਰ ਤੇ ਬੜੀਆਂ ਕਥਾਵਾਂ ਹੋਈਆਂ। ਇਹ ਗੱਲ ਵੀ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਪਤਾ ਨਹੀਂ ਹਜ਼ਾਰਾਂ ਤੇ ਲੱਖਾਂ ਵਾਰ ਦੁਹਰਾਈ ਗਈ, ਡਿੱਠਾ ਮੁਕਤ ਨਾ ਹੋਈ।
ਜਿੱਚਰ ਸ਼ਬਦ ਨਾ ਕਰੇ ਵਿੱਚ ਦੇਖਣ ਵਾਲਿਆਂ ਦੀ ਗਿਣਤੀ ਵੀ ਥੋੜ੍ਹੀ ਨਹੀਂ ਦਿਨ ਬ ਦਿਨ ਵੱਧਦੀ ਜਾ ਰਹੀ ਤੀਰਥਾਂ ਤਾਂ ਕਿਤੇ ਰਹਿ ਗਿਆ ਆਮ ਗੁਰਦੁਆਰਿਆਂ ਵਿੱਚ ਸੈਚਰਡੇ ਸੰਡੇ ਨੂੰ ਲਾਈਨਾਂ ਲੱਗੀਆਂ ਹੁੰਦੀਆਂ ਨੇ ਦੇਖਣ ਵਾਲਿਆਂ ਦੀਆਂ ਦੇਖਣ ਵਾਲਿਆਂ ਦੀਆਂ ਮੈਂ ਫਿਰ ਦੁਹਰਾ ਦੇ ਦੇਖਣ ਵਾਲਿਆਂ ਦੀਆਂ ਜਿਹੜੇ ਗੁਰੂ ਨੂੰ ਰੁਮਾਲਿਆਂ ਵਿੱਚ ਦੇਖਣ ਹੀ ਜਾਂਦੇ ਨੇ ਉਹ ਲਾਈਨ ਲੰਬੀਆਂ ਹੋ ਗਈਆਂ ਅੱਗੇ ਨਾਲੋਂ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਗੁਰੂ ਤਾਂ ਇੱਥੋਂ ਤੱਕ ਆਖਦਾ ਜੇ ਸਾਰਾ ਸੰਸਾਰ ਵੀ ਦੇਖਣ ਲੱਗ ਜਾਏ ਅਤੇ ਦੇਖਦਿਆਂ ਦੀਆਂ ਲਾਈਨਾਂ ਇੰਨੀਆਂ ਵੱਡੀਆਂ ਹੋ ਜਾਣ ਫਿਰ ਵੀ ਸਮਝ ਲਈ ਉਹ ਕੁਝ ਨਹੀਂ ਬਣਿਆ ਡਿੱਠਾ ਮੁਕਤ ਨਾ ਹੋ ਇਹ ਫੈਸਲਾ ਅੱਜ ਦਾ ਨਹੀਂ 400 ਸਾਲ ਬਾਅਦ ਵੀ ਅਸੀਂ ਅਜੇ ਤੱਕ ਡਿੱਠਾ ਮੁਕਤ ਨਾ ਹੋਵੇ ਅਤੇ ਖੜੇ ਹਾਂ ਇਹਦਾ ਮਤਲਬ ਅਗਲੀ ਗੱਲ ਅਸੀਂ ਸੁਣੀ ਨਹੀਂ ਜਾਂ ਸਮਝੀ ਨਹੀਂ ਗੁਰੂ ਆਖ ਰਹੇ ਨੇ ਡਿੱਠਾ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਇਹ ਕਿਉਂ ਨਹੀਂ ਸ਼ਬਦ ਦੀਆਂ ਦੋ ਲਾਈਨਾਂ ਬੜਾ ਵੱਡਾ ਸਵਾਲ ਖੜਾ ਕਰ ਗਈਆਂ ਨੇ ਕਹਿੰਦੇ ਨੇ ਉਹ ਲੋਗੋ ਮੈਂ ਤੁਹਾਨੂੰ ਅਸਚਰਜ ਦੀ ਗੱਲ ਕਹਾਂ ਤੇ ਕਹਾਂ ਕਿਵੇਂ ਕਹਿਣ ਲਈ ਮੇਰੇ ਕੋਲ ਲਫ਼ਜ਼ ਕੋਈ ਨਹੀਂ ਅਚਰਜ ਕਿਛ ਕਹਿਣ ਨਾ ਜਾਈ ਇਹ ਅਸਚਰਜ ਦੀ ਗੱਲ ਸੰਸਾਰ ਦੀ ਵੀ ਲੋਕ ਵੇਖੀ ਜਾਂਦੇ ਨੇ ਵੇਖੀ ਜਾਂਦੇ ਨੇ ਪੜ੍ਹੀ ਜਾਂਦੇ ਨੇ ਪੜ੍ਹੀ ਜਾਂਦੇ ਨੇ ਤੇ 400 ਸਾਲ ਬਾਅਦ ਵੀ ਅਜੇ ਕਹੀ ਜਾਂਦੇ ਨੇ ਇਹਦੇ ਵਿੱਚ ਕੀ ਹੈ 400 ਸਾਲ ਬਾਅਦ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲਾ ਪ੍ਰਕਾਸ਼ ਦਾ ਦਿਹਾੜਾ ਗੁਰਗੱਦੀ ਦਿਹਾੜਾ 300 ਸਾਲ ਮਨਾਇਆ ਤੇ ਮੈਂ ਸਟੇਜ 'ਤੇ ਇੱਕ ਗੱਲ ਕਹੀ ਸੀ ਉਹਨਾਂ ਦਿਨਾਂ ਅੰਦਰ ਇੱਕ ਬੜਾ ਨਾਰਾ ਪ੍ਰਚਲਿਤ ਹੋਇਆ ਸੀ ਕਿਸੇ ਗਾਇਕ ਨੇ ਉਹ ਨਾਰਾ ਬਣਾਇਆ ਆਪਣਾ ਗੀਤ ਬਣਾਇਆ ਪਰ ਪ੍ਰਚਲਿਤ ਹੋ ਗਿਆ ਲੋਕ ਆਮ ਕਹਿਣ ਲੱਗ ਪਏ ਕਹਿ 300 ਸਾਲ ਗੁਰੂ ਦੇ ਨਾਲ 300 ਸਾਲ ਗੁਰੂ ਦੇ ਨਾਲ ਬੜਾ ਨਾਰਾ ਹੋ ਗਿਆ ਮੈਂ ਉਸ ਦਿਨ ਬੋਲਦਿਆਂ ਇੱਕ ਗੱਲ ਕਹੀ ਸੀ ਬੰਗਲਾ ਸਾਹਿਬ ਰਕਾਬਗੜ੍ਹ ਸਾਹਿਬ ਦੇ ਦੀਵਾਨ ਵਿੱਚ ਮੈਂ ਆਖਿਆ ਸਿੰਘੋ ਆ ਕਿਸੇ ਟ੍ਰੇਨ ਵਿੱਚ ਬੱਸ ਵਿੱਚ 2 ਘੰਟੇ ਸਫ਼ਰ ਕਰਨਾ ਹੋਵੇ ਅਤੇ ਨਾਲ ਦੀ ਸੀਟ ਵਾਲੇ ਨਾਲ ਵਾਕਫੀਅਤ ਕੱਢ ਲੈਣੀ ਸਮਾਂ ਜਰਨੀ ਦਾ ਸਫ਼ਰ ਦਾ ਸੌਖਾ ਬੀਤ ਜਾਂਦਾ ਜੇ ਗੁਆਂਢੀ ਨਾਲ ਵਾਕਫੀਅਤ ਹੋ ਜਾਏ ਕਿੱਥੋਂ ਆਇਆ ਬਈ ਕੀ ਕਾਰੋਬਾਰ ਕਰਨਾ ਹੈ ਪਰਿਵਾਰਕ ਸੰਬੰਧ ਪੁੱਛਣ ਲੱਗ ਪਈਦਾ ਅਤੇ ਜਦੋਂ 2-3-4 ਘੰਟੇ ਬਾਅਦ ਆਪਣੇ ਸਟੇਸ਼ਨ 'ਤੇ ਉਤਰਨ ਲੱਗੀਏ ਉਦੋਂ ਤੱਕ ਇੰਨਾ ਨਿਉਣ ਲੱਗ ਜਾਂਦਾ ਵੀ ਉਹਦੇ ਨਾਲ ਆਪਣਾ ਐਡਰੈਸ ਵੀ ਬਦਲ ਲਈਦਾ ਲੈ ਆ ਤੁਰਾ ਜਦੋਂ ਕਦੀ ਸਾਡੇ ਸ਼ਹਿਰ ਆਵੇ ਜ਼ਰੂਰ ਮਿਲ ਕੇ ਆਏ ਸਿਰਫ 2-3 ਘੰਟੇ ਦਾ ਵੇਲਾ ਇੰਨਾ ਨਿਉਂ ਅਤੇ ਜੇ ਕਦੀ 1-2-6 ਮਹੀਨੇ ਬਾਅਦ ਤੁਸੀਂ ਉਸ ਸ਼ਹਿਰ ਵਿੱਚ ਜਾਓ ਅਤੇ ਉਹ ਤੁਹਾਨੂੰ ਮਿਲ ਪਵੇ ਅਤੇ ਉਹਦਾ ਪਹਿਲਾ ਸਵਾਲ ਹੁੰਦਾ ਮੈਨੂੰ ਪਛਾਣੇ 2 ਘੰਟੇ ਟ੍ਰੇਨ ਵਿੱਚ ਮਿਲਿਆ ਅਤੇ ਇੰਨੀ ਆਸ ਰੱਖਦਾ ਹੈ ਮੈਨੂੰ ਪਛਾਣਿਆ ਹੀ ਅਤੇ ਜੇ ਤਾਂ ਜਿਹਦੇ ਕੋਲ ਪੁੱਛਿਆ ਜਾਏ ਉਹ ਇੱਕਦਮ ਦੱਸ ਦੇਵੇ ਹਾਂ ਬਈ ਆਪਾਂ 2 ਘੰਟੇ ਇਕੱਠਾ ਸਫ਼ਰ ਕੀਤਾ ਸੀ ਤਾਂ ਸੰਤੁਸ਼ਟ ਹੋ ਜਾਂਦਾ ਅਤੇ ਜੇ ਥੋੜ੍ਹਾ ਜਿਹਾ ਸੋਚੀ ਪੈ ਜਾਏ ਨਾ ਬੜਾ ਨਿਰਾਸ਼ ਹੁੰਦਾ ਕਹਿੰਦੇ ਇੰਨੀ ਜਲਦੀ ਭੁੱਲ ਗਏ
ਆਪਾਂ 2 ਘੰਟੇ ਫਲਾਣੀ ਟ੍ਰੇਨ ਵਿੱਚ ਇਕੱਠਿਆਂ ਸਫ਼ਰ ਕੀਤਾ ਸੀ। ਇੰਨੀ ਜਲਦੀ ਭੁੱਲ ਗਏ? ਅਤੇ ਮੈਂ ਕਿਹਾ ਕਿੱਡੀ ਅਜੀਬ ਗੱਲ, 2 ਘੰਟੇ ਨਾਲ ਰਹਿਣ ਵਾਲਾ ਤੁਹਾਡੇ ਕੋਲੋਂ ਇਹ ਆਸ ਰੱਖਦਾ ਕਿ ਤੁਸੀਂ ਉਹਨੂੰ ਭੁੱਲੋ, ਇੱਕਦਮ ਪਛਾਣ ਲਓ ਇਹ ਕੌਣ। ਅਤੇ ਮੈਂ ਕਿਹਾ ਕਿੱਡੀ ਅਜੀਬ ਗੱਲ ਹੈ, ਹੁਣ ਤੁਸੀਂ ਦਮ ਪੇ ਪੜਦੇ ਹੋ, ਦਾਵਾ ਪੇ ਕਰਦੇ ਹੋ 300 ਸਾਲ ਗੁਰੂ ਦੇ ਨਾਲ, 300 ਸਾਲ ਗੁਰੂ ਸੱਚ ਜਾਣੇ ਹੋ, ਕਦੇ ਅੰਦਰ ਝਾਤ ਮਾਰੇ ਹੋ, ਗੁਰੂ ਦੇ ਨਾਲ 300 ਸਾਲ ਬੀਤੇ ਨੇ। ਅਤੇ ਜੇ ਅੱਜ ਭਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਕੋਈ ਪੁੱਛੇ, ਬਾਕੀ ਤਾਂ ਕਿਤੇ ਰਹਿ ਗਿਆ, ਮੇਰਾ ਮੂਲ ਮੰਤਰ ਪਛਾਣਿਆ ਹੀ, ਬਾਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਾਂ ਕਿਤੇ ਰਹਿ ਗਿਆ। ਚੌਦਾਂ ਸੌ 29 ਪੜ੍ਹਨਾ ਤਾਂ ਕਿਤੇ ਰਹਿ ਗਿਆ। ਸਿਰਫ ਇੰਨਾ ਹੀ ਪੁੱਛ ਲੈ, ਮੇਰਾ ਮੂਲ ਮੰਤਰ ਪਛਾਣਿਆ ਹੀ, ਮਸ਼ਹੂਰ ਹੋ ਜਾਵਾਂਗੇ। ਕੀ ਆਖਾਂਗੇ, ਤੇਰਾ ਮੂਲ ਮੰਤਰ ਕਿੰਨਾ ਹੈ, ਕੋਈ ਕੁਝ ਪੜ੍ਹ ਰਿਹਾ, ਕੋਈ ਕੁਝ ਪੜ੍ਹ ਰਿਹਾ। ਇਹਦਾ ਮਤਲਬ 300 ਸਾਲ ਵਿੱਚ ਅਸੀਂ ਮੂਲ ਮੰਤਰ ਵੀ ਨਹੀਂ ਪਛਾਣਿਆ, ਨਾਲ ਕਿਵੇਂ ਆਖੀ ਜਾਣਿਆ 300 ਸਾਲ ਗੁਰੂ ਦੇ ਨਾਲ। ਉਹ ਗੁਰਗੱਦੀ ਦਿਹਾੜਾ ਸੀ ਉਦੋਂ 300 ਸਾਲ ਕਸੇ ਸੀ, ਹੁਣ ਅਸੀਂ ਪਹਿਲਾ ਪ੍ਰਕਾਸ਼ ਮਨਾ ਰਹੇ, ਇਹਨੂੰ ਲਗਭਗ 450 ਸਾਲ ਹੋ ਗਏ। ਤੇ ਗੁਰੂ ਨੇ ਇੱਕ ਆਵਾਜ਼ ਦੇ ਕੇ ਫੈਸਲਾ ਦੇ ਦਿੱਤਾ, ਕਹਿਣ ਲੱਗੇ ਜਿੱਠੇ ਮੁਕਤ ਨਾ, 450 ਸਾਲ ਬਾਅਦ ਵੀ ਅਜੇ ਦੇਖ ਹੀ ਜਾਂਦੇ ਹਾਂ, ਪਛਾਣਦੇ ਨਹੀਂ। ਤੇ ਗੁਰੂ ਫੈਸਲਾ ਦੇ ਰਿਹਾ, ਕਹਿੰਦਾ ਸਤਿਗੁਰ ਨੂੰ ਸਭ ਕੋ ਦੇਖਦਾ, ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ, ਡਿੱਠੇ ਮੁਕਤ ਨਾ ਹੋਵੇ, ਜਿੱਚਰ ਸ਼ਬਦ ਨਾ ਕਰੇ ਵਿਚਾਰ, ਸਭ ਕੋ ਦੇਖਦਾ। ਕੀ ਕਾਰਨ ਹੈ ਇਹੋ ਗੱਲ? ਗੁਰੂ ਨੇ ਅੱਜ ਇੱਕ ਸਵਾਲ ਵਾਂਗੂ ਕਰ ਦਿੱਤੀ ਹੈ, ਮੈਂ ਇੱਥੇ ਖਲੋਣਾ ਚਾਹੁੰਦਾ। ਕਹਿੰਦੇ ਨੇ ਦੁਨੀਆਂ ਦੇ ਲੋਕ ਅਚਰਜ ਕੁਛ ਕਹਿਣ ਜਾਣਾ ਜਾਈ, ਮੈਂ ਅਚਰਜ ਦੀ ਗੱਲ ਕੁਛ ਕਹਿ ਹੀ ਨਹੀਂ ਸਕਦਾ, ਕੀ ਕਹਾਂ ਤੁਹਾਨੂੰ, ਵਸਤ ਅਗੋਚਰ ਭਾਈ, ਉਹ ਵਸਤੂ ਜਿਹਦੀ ਅੱਜ ਗੱਲ ਕਰਨਾ ਚਾਹੁੰਦਾ ਤੇ ਕਰ ਰਿਹਾ, ਉਹ ਤਾਂ ਅਗੋਚਰ ਹੈ, ਪਹੁੰਚ ਤੋਂ ਬਾਹਰ ਹੋ ਗਈ। ਅਗੋਚਰ ਦਾ ਮਤਲਬ ਪਹੁੰਚ ਤੋਂ ਬਾਹਰ, ਮੈਂ ਉਹਦੇ ਤੱਕ ਪਹੁੰਚ ਨਹੀਂ ਸਕੇ, ਉਹਨੂੰ ਪਛਾਣ ਹੀ ਨਹੀਂ ਸਕੇ, 300 ਸਾਲ ਵੇਖਦਾ ਹੀ ਰਹਿ ਗਿਆ, 400 ਸਾਲ ਵੇਖਦਾ ਹੀ ਰਹਿ ਗਿਆ, ਪਛਾਣ ਹੀ ਨਹੀਂ ਸਕਿਆ। ਬਲਕਿ ਹੁਣ ਪਹਿਲੀ ਤੁੱਕ ਵਾਲਾ ਉਹ ਰਹਾ ਉਹਦੀ ਤੁੱਕ ਸੀ, ਪਹਿਲੀ ਤੁੱਕ ਵਿੱਚ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ, ਕਹਿਣ ਲੱਗੇ ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਨਿਰਾਰੀ ਸਾਧਕ ਸਿੱਧ ਨਾ ਜਾਣੇ, ਉਹ ਤਿੰਨਾਂ ਗੁਣਾਂ ਤੋਂ ਰਹਿਤ ਸੀ, ਉਹ ਉਹਨਾਂ ਦੀ ਗ੍ਰਿਪ ਵਿੱਚ ਨਹੀਂ ਸੀ, ਚੌਥੇ ਪਦ ਵਿੱਚ ਸੀ। ਗੁਰੂ ਨੇ ਆਖਿਆ ਉੱਥੇ ਤੂੰ ਪਹੁੰਚਿਆ ਨਹੀਂ, ਰਜਗੁਣ ਤਮ ਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰਚੀ ਨੇ ਤਿੰਨੀ ਪਰਮ ਪਦ ਪਾਇਆ, ਉਹ ਤ੍ਰੈ ਗੁਣ ਸੀ, ਉਹ ਤ੍ਰੈ ਗੁਣ ਤੋਂ ਰਹਿਤ। ਇਹੋ ਕਾਰਨ ਹੈ ਕਿ ਸੰਸਾਰ ਦੇ ਤ੍ਰੈ ਗੁਣਾਂ ਵਿੱਚ ਵਰਤਣ ਵਾਲੇ ਸਾਧਕ ਸਿੱਧ ਜਿਹੜੇ ਸਨ ਉਹ ਵੀ ਉਹਨੂੰ ਨਹੀਂ ਪਛਾਣ ਸਕੇ, ਤ੍ਰੈ ਗੁਣ ਰਹਿਤ ਰਹੇ ਨਿਰਾਰੀ ਸਾਧਕ ਸਿੱਧ ਨਾ ਜਾਣੇ, ਉਹ ਵੀ ਨਹੀਂ ਪਛਾਣ ਸਕੇ, ਉਹ ਐਸਾ ਅਗੋਚਰ ਹੈ, ਉਹ ਵਸਤ ਐਸੀ ਅਗੋਚਰ ਪਹੁੰਚ ਤੋਂ ਬਾਹਰ ਹੈ, ਉਹ ਵੀ ਨਹੀਂ ਪਛਾਣ ਸਕੇ। ਅਤੇ ਹੈ ਕੀ ਜਿਹੜੀ ਅਗੋਚਰ ਥਾਂ ਹੈ? ਅਗਲੀ ਲਾਈਨ ਵਿੱਚ ਕਹਿਣ ਲੱਗੇ ਹੈ ਇਹ ਰਤਨ ਕੋਠੜੀ ਅੰਮ੍ਰਿਤ ਸੰਪੂਰਨ,
ਸਤਗੁਰ ਕੇ ਖਜ਼ਾਨੇ ਗੁਰੂ ਦੇ ਕੇ ਖਜ਼ਾਨੇ ਜਿੰਦੇ ਵਿੱਚ ਅੰਮ੍ਰਿਤ ਰੂਪੀ ਰਤਨ ਅੰਮ੍ਰਿਤ ਰੂਪੀ ਭਰਿਆ ਹੋਇਆ ਖਜ਼ਾਨਾ ਹੈ ਕਿਤੋਂ ਬਾਹਰੋਂ ਅੰਮ੍ਰਿਤ ਢੂੰਡਣ ਦੀ ਲੋੜ ਨਹੀਂ ਉਹਦੇ ਵਿੱਚ ਹੀ ਔਰ ਫੈਸਲਾ ਬਾਣੀ ਦਾ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂਕੀ ਪਰਮ ਗਤ ਹੋਏ ਅੰਮ੍ਰਿਤ ਏਕੋ ਸ਼ਬਦ ਹੈ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਏ ਸ਼ਬਦ ਅੰਮ੍ਰਿਤ ਹੈ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਵਿੱਚ ਹੈ ਇਹਦੇ ਵਿੱਚ ਜਿੰਨੇ ਗੁਣ ਨੇ ਉਹ ਸਾਰੇ ਰਤਨ ਨੇ ਆਪਾਂ ਅਨੰਦ ਸਾਹਿਬ ਦੇ ਪਾਠ ਅੰਦਰ ਵੀ ਪੜ੍ਹਨੇ ਹਾਂ ਗੁਰ ਕਾ ਸ਼ਬਦ ਰਤਨ ਹੈ ਪੌੜੀ ਅਨੰਦ ਸਾਹਿਬ ਦੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਬਹਾਓ ਸ਼ਬਦ ਰਤਨ ਹੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਤੇ ਸ਼ਬਦ ਅੰਮ੍ਰਿਤ ਰੂਪ ਹੈ ਤੇ ਸਤਿਗੁਰੂ ਦੇ ਖਜ਼ਾਨੇ ਵਿੱਚ ਹੈ ਲੋ ਮਨੁੱਖ ਬਾਹਰੋਂ ਅੰਮ੍ਰਿਤ ਢੂੰਡਦਾ ਕਿਉਂ ਢੂੰਡਦਾ ਹੈ ਸਤਿਗੁਰੂ ਦੇ ਖਜ਼ਾਨੇ ਵਿੱਚ ਮੈਂ ਹੈਰਾਨ ਹੁੰਦਾ ਗੁਰਬਾਣੀ ਨੇ ਵੱਖ ਵੱਖ ਢੰਗ ਨਾਲ ਇੱਕ ਬੜੀ ਸੁੰਦਰ ਫਿਲਮ ਕਹਾਣੀ ਬਣਾ ਦਿੱਤੀ ਕਹਿੰਦੇ ਨੇ ਰਾਮ ਨਾਮ ਰਤਨ ਕੋਠੜੀ ਕੋਠੜੀ ਗ੍ਰਹਿ ਮੰਦਰ ਏਕ ਲੁਕਾਨੀ ਲੁਕਾ ਦਿੱਤੀ ਹੁਣ ਕੋਈ ਵੀ ਕੀਮਤੀ ਚੀਜ਼ ਹੋਵੇ ਜਿਹਦੇ ਖਜ਼ਾਨੇ ਜਿਹਦੇ ਕੋਲ ਖਜ਼ਾਨਾ ਹੋਵੇ ਲੁਕਾ ਕੇ ਤਾਂ ਰੱਖਦਾ ਤੁਸੀਂ ਅੱਜ ਵੀ ਜਾ ਕੇ ਦੇਖਦੇ ਹੋ ਕਿ ਜਿੰਨੇ ਬੈਂਕ ਨੇ ਉਹਨਾਂ ਨੂੰ ਬੈਂਕ ਬਣਾਉਣ ਦੇ ਨਾਲ ਨਾਲ ਇੱਕ ਸਟਰੋਂਗ ਰੂਮ ਬਣਾਉਣਾ ਪੈਂਦਾ ਹੈ ਸਟਰੋਂਗ ਰੂਮ ਕਿਉਂ ਬਣਾਉਂਦੇ ਨੇ ਖਜ਼ਾਨਾ ਦੌਲਤ ਹੈ ਖਜ਼ਾਨੇ ਨੂੰ ਸਟਰੋਂਗ ਰੂਮ ਵਿੱਚ ਰੱਖੇ ਜਿੱਥੇ ਕਿਸੇ ਹਰ ਇੱਕ ਦੀ ਪਹੁੰਚ ਨਾ ਹੋਵੇ ਅਗੋਚਰ ਅਗੋਚਰ ਦਾ ਮਤਲਬ ਪਹੁੰਚ ਤੋਂ ਉਹ ਸਟਰੋਂਗ ਰੂਮ ਕਿਉਂ ਬਣਾਉਂਦੇ ਨੇ ਹਰ ਗਾਹਕ ਉੱਥੇ ਨਹੀਂ ਪਹੁੰਚ ਸਕਦਾ ਗਾਹਕ ਨੂੰ ਉਸ ਖਜ਼ਾਨੇ ਵਿੱਚੋਂ ਕੋਈ ਵੰਡਣ ਵਾਲਾ ਹੋਵੇ ਦਿੰਦਾ ਹੈ ਇਸੇ ਲਈ ਇਹ ਖਜ਼ਾਨਾ ਦਿੰਦਾ ਪਰ ਹਰ ਇੱਕ ਗਾਹਕ ਦੀ ਸਿੱਧੀ ਪਹੁੰਚ ਉਸ ਖਜ਼ਾਨੇ ਤੱਕ ਨਹੀਂ ਹੁੰਦੀ ਬੜਾ ਔਖਾ ਹੈ ਉੱਥੇ ਤੱਕ ਪਹੁੰਚਣਾ ਅਗੋਚਰ ਹੈ ਗੁਰਬਾਣੀ ਨੇ ਇੱਕ ਲਫ਼ਜ਼ ਵਰਤ ਦਿੱਤੇ ਰਾਮ ਨਾਮ ਰਤਨ ਕੋਠੜੇ ਕੋਠੜੇ ਮੈਂ ਕੋਠੜੀ ਇੱਕ ਵੱਡਾ ਹਾਲ ਬੈਂਕ ਦਾ ਉਹਦੇ ਵਿੱਚ ਸਟਰੋਂਗ ਰੂਮ ਗੁਰਬਾਣੀ ਕਹਿੰਦੇ ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ ਉਹਦੇ ਵਿੱਚ ਫਿਰ ਕੋਠੜੀ ਤੇ ਅਖੀਰਲੀ ਕੋਠੜੀ ਜਿਹਦੇ ਵਿੱਚ ਸ਼ਬਦ ਰਹਿੰਦਾ ਹੈ ਉਹ ਹੈ ਵਿਚਾਰ ਸ਼ਬਦ ਦੀ ਵਿਚਾਰ ਕੇ ਤਾਂ ਕੌਣ ਪਹੁੰਚੇ ਲੋ ਔਕੜ ਜਿਹੜੀ ਹੈ ਸਾਡੇ ਸਾਹਮਣੇ ਜਿਸ ਕਰਕੇ ਅਸੀਂ ਇਸ ਸ਼ਬਦ ਨਾਲੋਂ ਟੁੱਟ ਕੇ ਆਪਣੇ ਜੀਵਨ ਨੂੰ ਅੰਧੇਰੇ ਵਿੱਚ ਭਟਕਣ ਲਾਇਆ ਹੋਇਆ ਹੈ ਗੁਰੂ ਕਹਿੰਦੇ ਨੇ ਕੋਠੜੇ ਮੈਂ ਕੋਠੜੀ ਪਰਮ ਕੋਠੀ ਵਿਚਾਰ ਤੇ ਫਿਰ ਇਹ ਵੀ ਨਹੀਂ ਕਿ ਉਹਨੂੰ ਤਾਲਾ ਨਾ ਲਾਇਆ ਬੜਾ ਮਜ਼ਬੂਤ ਤਾਲਾ ਲਾਇਆ ਹੋਇਆ ਚਾਬੀ ਕਬੀਰ ਨੂੰ ਦੇ ਦਿੱਤੀ ਭਾਵ ਗੁਰੂ ਨੂੰ ਦੇ ਦਿੱਤੀ ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸੰਭਾਲ ਬਸਤ ਅਗੋਚਰ ਭਾਈ
ਨਾਲ ਇਸਤੇਮਾਲ ਕੇ ਰੱਖੀ। ਹੁਣ ਦੇਖਣਾ ਹੈ ਵੀ ਉੱਥੇ ਤੱਕ ਪਹੁੰਚ ਕਿਵੇਂ ਹੋਵੇ। ਸਤਿਗੁਰੂ ਨੇ ਬਾਣੀ ਅੰਦਰ ਇੱਕ ਲਫ਼ਜ਼ ਕਹਿਣਾ ਹੈ, ਬਿਨ ਸ਼ਬਦ ਬਿਨ ਸ਼ਬਦ ਅੰਤਰ ਅਨੇਰਾ। ਉੱਥੇ ਵੀ ਚਾਨਣ ਚਾਹੀਦਾ ਹੈ, ਸਟਰੋਂਗ ਰੂਮ ਵਿੱਚ ਚਾਨਣ ਚਾਹੀਦਾ। ਉੱਥੇ ਹੀ ਅੰਮ੍ਰਿਤ ਹੈ, ਉੱਥੇ ਹੀ ਸ਼ਬਦ ਹੈ, ਉੱਥੇ ਹੀ ਗੁਣਾਂ ਦਾ ਗੁਣਾਂ ਦੇ ਰਤਨ ਨੇ। ਪਰ ਸਾਡਾ ਦੁਖਾਂਤ ਕੀ ਹੈ, ਅੰਤਰ ਅਨੇਰਾ ਨਾ ਵਸਤ ਲਹਿ, ਵਸਤੂ ਇਸੇ ਦੀ ਪ੍ਰਾਪਤ ਨਹੀਂ ਹੋ ਰਹੀ, ਨਾ ਚੁੱਕੇ ਫੇਰਾ। ਬਲਕਿ ਅਗਲੀ ਲਾਈਨ ਵਿੱਚ ਇੱਕ ਗੱਲ ਕਹਿ ਦਿੱਤੀ ਹੈ, ਕਹਿਣ ਲੱਗੇ ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲ੍ਹੇ ਨਹੀਂ। ਕੁੰਜੀ ਗੁਰੂ ਕੋਲ, ਕਿਸੇ ਹੱਥ ਹੋਰ ਕੁੰਜੀ ਨਹੀਂ ਕਿ ਉਹ ਦਰਵਾਜ਼ਾ ਖੋਲ੍ਹ ਕੇ ਅੰਦਰ ਵੀ ਕੋਈ ਲਾਈਟ ਜਗਾ ਦੇਵੇ। ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲ੍ਹੇ ਨਹੀਂ। ਗੁਰ ਪੂਰੇ ਭਾਰ ਭਾਗ ਮਿਲਾਵਣਿਆ, ਪੂਰੇ ਭਾਗ ਹੁਣ ਗੁਰੂ ਦੀ ਰਹਿਮਤ, ਅਕਾਲ ਪੁਰਖ ਦੀ ਰਹਿਮਤ ਹੋਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਝਾਤ ਪਾ ਕੇ ਸ਼ਬਦ ਦੀ ਪ੍ਰਾਪਤੀ ਕਰੇ ਅਤੇ ਸ਼ਬਦ ਦੀ ਉਸ ਰੌਸ਼ਨੀ ਵਿੱਚ ਫਿਰ ਗੁਣਾਂ ਨੂੰ ਅਤੇ ਅੰਮ੍ਰਿਤ ਨੂੰ ਪ੍ਰਾਪਤ ਕਰੇ। ਪਤਾ ਕੀ ਹੈ, ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲ੍ਹੇ ਨਾ। ਹੁਣ ਜਿੰਨੀ ਦੇਰ ਉਹਨੂੰ ਵੇਖੇ ਨਾ, ਵਿਸ਼ਵਾਸ ਕਿਵੇਂ ਆਵੇ। ਦੁਖਾਂਤ ਹੈ, 400 ਸਾਲ ਗੁਜ਼ਰ ਗਏ ਨੇ, ਅੰਦਰ ਕਿਸੇ ਨੇ ਚਾਹਤ ਹੀ ਨਹੀਂ ਪਾਈ, ਅਤੇ ਜੇ ਚਾਹਤ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਆਤਮਾ ਅਗਿਆਨਤਾ ਦੇ ਅੰਧੇਰੇ ਵਿੱਚ ਜਾਂਦਾ, ਭਟਕ ਕੇ ਵਾਪਸ ਆ ਜਾਂਦਾ। ਅੱਜ ਤਾਂ ਮਨੁੱਖ ਨੂੰ ਸਿੱਖ ਦੀ ਹਾਲਤ ਇਹ ਹੈ ਕਿ ਸਿੱਖ ਇੰਨਾ ਅਗਿਆਨਤਾ ਦੇ ਅੰਧੇਰੇ ਵਿੱਚ ਭਟਕ ਰਿਹਾ ਹੈ, ਗੁਰੂ ਨਾਲੋਂ ਟੁੱਟ ਕੇ, ਸ਼ਬਦ ਨਾਲੋਂ ਟੁੱਟ ਕੇ, ਕਿ ਇਹਦਾ ਆਪਣਾ ਜੀਵਨ ਗੁਆਚ ਗਿਆ ਹੈ, ਇਹਦਾ ਆਪਣਾ ਜੀਵਨ ਗੁਆਚ ਗਿਆ, ਇਹਦਾ ਆਪਣਾ ਸਿਧਾਂਤ ਗੁਆਚ ਗਿਆ, ਇਹਨੂੰ ਆਪਣਾ ਜੀਵਨ ਹੀ ਨਹੀਂ ਲੱਭ ਰਿਹਾ। ਹੱਥ ਮੱਲਾ ਪਿਆ ਮਾਰਦਾ ਲੋਕਾਂ ਕੋਲ, ਪਿਆ ਕਿਆ ਪੁੱਛਦਾ। ਆਪਣੇ ਵੀਰ ਬੈਠੇ ਸਨ ਮੇਰੇ ਕੋਲ ਤੇ ਇੱਕ ਗੱਲ ਕਹਿ ਰਹੇ ਸਨ, ਆਉਣ ਵਾਲਾ ਭਵਿੱਖ ਕੀ ਹੈ, ਕਿਵੇਂ ਬਚਾਇਆ ਜਾ ਸਕਦਾ, ਉਹਦੇ ਲਈ ਕੀ ਹੋ ਸਕਦਾ। ਇਹਦਾ ਮਤਲਬ ਸਾਨੂੰ ਤੋਖਲਾ ਹੈ ਕਿ ਐਸੇ ਅੰਧੇਰੇ ਵਿੱਚ ਪਹੁੰਚ ਗਏ ਹਾਂ, ਸਾਨੂੰ ਆਪਣੇ ਆਉਣ ਵਾਲੇ ਜੀਵਨ ਪ੍ਰਤੀ ਵਿਸ਼ਵਾਸ ਹੀ ਨਹੀਂ, ਕਿਵੇਂ ਬਚਾਇਆ ਜਾ ਸਕੇ। ਅੰਤਰ ਹਨੇਰਾ, ਅੰਤਰ ਹਨੇਰਾ। ਕਹਿੰਦੇ ਨੇ ਕਲਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਅੰਤਰ ਹਨੇਰਾ। ਕੂੜ ਅਮਾਵਸ ਦਾ ਕੀ ਮਤਲਬ, ਹਰ ਪਾਸੇ ਝੂਠ ਇੰਨਾ ਪਸਰਿਆ ਹੈ ਕਿ ਮਾਨੋ ਮੱਸਿਆ ਦੀ ਰਾਤ ਬਣ ਗਈ ਹੈ। ਮੱਸਿਆ ਦੀ ਰਾਤ ਨੂੰ ਕੀ ਹੁੰਦਾ, ਹਨੇਰਾ। ਮੱਸਿਆ ਦੇ ਰਾਤੇ ਕੋਈ ਜੀਵਨ ਦਾ ਸਫ਼ਰ ਕਰਨਾ ਚਾਹੇ, ਠੇਡੇ ਖਾਏਗਾ, ਹੋਰ ਕੀ ਹੋਏਗਾ। ਮੱਸਿਆ ਦੀ ਰਾਤ ਨੂੰ ਤਾਂ ਕਈ ਵਾਰੀ ਇੰਨਾ ਹਨੇਰਾ ਹੋ ਜਾਏ, ਰਾਤ ਨੀਂਦ ਨਹੀਂ ਆਉਂਦੀ, ਕੋਈ ਚੋਰ ਨਾ ਆ ਜਾਏ, ਘਾਰੀ ਨਾ ਲੁੱਟਿਆ ਜਾਏ, ਉਹ ਵੀ ਤਾਂ ਹਨੇਰਾ ਹੀ ਚਾਹੁੰਦਾ। ਗੁਰੂ ਕਹਿੰਦੇ ਨੇ ਇਹ ਹਾਲਤ ਹੋ ਗਈ ਕਿ ਬਿਨ ਸ਼ਬਦੇ ਅੰਤਰ ਹਨੇਰਾ, ਜੀਵਨ ਗੁਆਚ ਗਿਆ, ਭਵਿੱਖ ਗੁਆਚ ਗਿਆ। ਮਨੁੱਖ ਆਪਣਾ ਜੀਵਨ ਢੂੰਡਦਾ, ਸਿੱਖ ਵੀ ਆਪਣਾ ਅੱਜ ਜੀਵਨ ਢੂੰਡ ਰਿਹਾ, ਭਵਿੱਖ ਪ੍ਰਤੀ ਚਿੰਤਾ ਤਾਂ ਹੈ, ਐਸੀ ਗੱਲ ਨਹੀਂ। ਸਿੱਖ ਅਖਵਾਉਣ ਵਾਲਾ ਭਵਿੱਖ ਪ੍ਰਤੀ ਚਿੰਤਾਤਰ ਹੈ, ਚਿੰਤਾਤਰ ਇਸੇ ਲਈ ਹੈ ਕਿਉਂਕਿ ਇਹਨੂੰ ਭਵਿੱਖ ਦਿਸ ਨਹੀਂ ਰਿਹਾ। ਕਿਹਨੂੰ ਆਖਾਂ ਆਹ ਮੇਰੇ ਜੀਵਨ ਦੀ ਰੋਸ਼ਨੀ ਹੈ, ਆਹ ਮੇਰੇ ਜੀਵਨ ਦੀ ਮੰਜ਼ਿਲ ਹੈ। ਜੀਵਨਤ ਅਸੀਂ ਸਤਿਗੁਰੂ, ਜੀਵਨਤ ਅਸੀਂ ਮੇਰਾ ਨਿਰੰਕਾਰ, ਜੀਵਨੋਂ ਮੈਂ ਜੀਵਨ ਪਾਇਆ, ਜੀਵਨੋਂ ਮੈਂ ਜੀਵਨ ਪਾਇਆ। ਜੀਵਨ ਤੋਂ ਜੀਵਨ ਮਿਲਿਆ ਸੀ, ਮਨੁੱਖ ਉਸ ਜੀਵਨ ਨਾਲੋਂ ਟੁੱਟ ਗਿਆ, ਇਸ ਲਈ ਆਪਣਾ ਜੀਵਨ ਗੁਆਚ ਗਿਆ ਅੰਦਰ ਅੰਦਰ। ਹੁਣ ਆਪਣਾ ਜੀਵਨ ਢੂੰਡਦਾ,
ਇਹ ਨਹੀਂ ਸੋਚਦਾ ਅੰਧੇਰੇ ਕਾਰਨ ਗੁਆਚ ਗਿਆ ਹੈ। ਉਸ ਜੀਵਨ ਦੀ ਤਾਂ ਗੱਲ ਹੀ ਨਹੀਂ ਕਰਦਾ। ਗੁਰੂ ਨੇ ਬਾਣੀ ਅੰਦਰ ਇੱਕ ਸ਼ਬਦ ਅੰਦਰ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜਦ ਦੇਖਾ ਤਬ ਗਾਵਾਂ। ਜੇ ਮੈਂ ਗਾਵਾਂ ਵੀ ਤੇ ਕੀ ਗਾਵਾਂ ਜਦੋਂ ਦੇਖਿਆ ਹੀ ਨਹੀਂ ਜੀਵਨ ਕੀ ਹੈ। ਜੀਵਨ ਦੀਆਂ ਖੁਸ਼ੀਆਂ ਕਿਉਂਕਿ ਗਾਉਣਾ ਖੁਸ਼ੀਆਂ ਮਨਾਉਣੀ, ਗੀਤ ਕਦੋਂ ਗਾਉਂਦੇ ਗਾਏ ਜਾਂਦੇ ਨੇ ਜਦੋਂ ਖੁਸ਼ੀ ਹੋਵੇ। ਕਹਿੰਦੇ ਨੇ ਮੈਂ ਜੀਵਨ ਦੀਆਂ ਖੁਸ਼ੀਆਂ ਭਰੀਆਂ ਗੱਲਾਂ ਤਾਂ ਕਰਾਂ ਜੇ ਮੈਨੂੰ ਆਪਣਾ ਜੀਵਨ ਦਿਸੇ। ਅੱਜ ਜੀਵਨ ਗੁਆਚਣ ਕਰਕੇ ਜਿੱਥੇ ਸਿੱਖ ਬੈਠਦਾ ਉੱਥੇ ਖੁਸ਼ੀਆਂ ਦੀਆਂ ਗੱਲਾਂ ਨਹੀਂ ਕਰਦਾ, ਦੁੱਖਾਂ ਦੀਆਂ ਆਉਣ ਵਾਲੇ ਭਵਿੱਖ ਦੀਆਂ ਗੱਲਾਂ ਕਰਦਾ ਹੈ। ਗੁਰੂ ਕਹਿੰਦੇ ਨੇ ਜਦ ਦੇਖਾ ਤਬ ਗਵਾ ਤੋ ਜਨ ਧੀਰਜ ਪਾਵਾ। ਮੇਰੇ ਅੰਦਰ ਧੀਰਜ, ਠਰੰਮਾ, ਸ਼ਾਂਤੀ, ਬੇਫਿਕਰੀ ਵੀ ਤਾਂ ਹੋਵੇ ਜਦੋਂ ਮੈਂ ਆਪਣਾ ਜੀਵਨ ਦੇਖ ਲਵਾਂ। ਮੇਰਾ ਜੀਵਨ, ਮੇਰਾ ਰੱਬ ਸੀ ਉਹ ਵੀ ਮੈਨੂੰ ਨਹੀਂ ਦਿਸਦਾ, ਮੇਰਾ ਆਪਣਾ ਜੀਵਨ ਵੀ ਗੁਆਚ ਗਿਆ। ਤੋ ਜਨ ਧੀਰਜ ਪਾਵਾ। ਨਾਥ ਸਮਾਏ ਲੋਰੇ ਸਤਿਗੁਰ ਭੇਟਲੇ ਦੀਵਾ ਦੇਵਾ। ਅਗਲੇ ਪਾਸੇ ਇੱਕ ਲਫ਼ਜ਼ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ ਰਤਨ ਕਮਲ ਕੋਠਰੀ। ਅਗੋਚਰ ਥਾਈ ਕੀ ਹੈ? ਅੰਧੇਰਾ ਹੈ ਤੇ ਕੁੰਜੀ ਮੇਰੇ ਗੁਰੂ ਦੇ ਹੱਥ ਹੈ, ਹੋਰ ਦਰ ਖੁੱਲ੍ਹੇ ਨਹੀਂ, ਹੋਰ ਕੋਈ ਉਸ ਦਰਵਾਜ਼ੇ ਨੂੰ ਖੋਲ੍ਹ ਨਹੀਂ ਸਕਦਾ ਜਿਸ ਅੰਦਰ ਮੇਰਾ ਜੀਵਨ ਛੁਪਾ ਕੇ ਰੱਖਿਆ ਹੋਇਆ ਹੈ। ਇੱਕ ਖਿਆਲ ਕਰਿਓ, ਜੀਵਨ ਕੋਈ ਇੰਨਾ ਸਸਤਾ ਨਹੀਂ ਕਿ ਕੋਈ ਰੇਹੜੀ 'ਤੇ ਰੱਖ ਕੇ ਵੇਚ ਜਾਏ, ਫੁੱਟਪਾਥ 'ਤੇ ਪਿਆ ਵਿਕਦਾ ਹੋਵੇ। ਜੀਵਨ ਬੜਾ ਮਹਿੰਗਾ ਹੈ ਅਤੇ ਜਿੱਥੋਂ ਜੀਵਨ ਮਿਲਦਾ ਹੈ ਉਹ ਖਜ਼ਾਨਾ ਕਿੱਡਾ ਮਹਿੰਗਾ ਹੋਵੇਗਾ, ਉਹਨੂੰ ਕੋਈ ਬਿਨਾਂ ਸਟਰੋਂਗ ਰੂਮ ਤੋਂ ਰੱਖ ਦੇਵੇਗਾ? ਇਹੋ ਕਾਰਨ ਹੈ ਢੂੰਡਣਾ ਪੈਂਦਾ ਹੈ, ਢੂੰਡਣਾ ਪੈਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਖਜ਼ਾਨਾ ਹੈ, ਇਹਦੇ ਵਿੱਚ ਜੀਵਨ ਹੈ ਅਤੇ ਹੁਣ ਢੂੰਡਣਾ ਪੈਂਦਾ ਹੈ। ਸਾਡੇ ਦੁਖਾਂਤ ਕੀ ਹੈ ਕਿ ਅਸੀਂ ਅੰਦਰੋਂ ਢੂੰਡਣਾ ਨਹੀਂ ਚਾਹੁੰਦੇ। ਅਸੀਂ ਕਹਿੰਦੇ ਖੌਰੇ ਜੀਵਨ ਕਿਸੇ ਸਾਹ ਦੇ ਡੇਰੇ ਦੇ ਕਿਸੇ ਰੇਹੜੀ 'ਤੇ ਪਿਆ ਹੋਇਆ, ਫੁੱਟਪਾਥ 'ਤੇ ਪਿਆ ਵਿਕਦਾ ਹੀ ਮਿਲ ਜਾਏ। ਇਹ ਡੇਰੇ ਕੀ ਨੇ? ਇਹ ਫੁੱਟਪਾਥ ਤੋਂ ਜੀਵਨ ਵੇਚਦੇ ਨੇ। ਸਾਡੇ ਕੋਲ ਆਓ, ਜੀਵਨ ਬੜਾ ਸੌਖਾ ਹੈ, ਬੜਾ ਸਸਤਾ ਹੈ। ਡੇਰਿਆਂ ਕੋਲ ਮਿਲਦਾ ਜੀਵਨ ਜਿਹੜਾ ਉਹ ਬੜਾ ਸਸਤਾ ਹੈ, ਕਿਉਂਕਿ ਖੋਜਣਾ ਨਹੀਂ ਪੈਂਦਾ, ਢੂੰਡਣਾ ਨਹੀਂ ਪੈਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਜੀਵਨ ਹੈ ਉਹ ਢੂੰਡਣਾ ਪੈਂਦਾ ਅਤੇ ਨਿਹਰਾ ਢੂੰਡਣਾ ਹੀ ਨਹੀਂ ਪੈਂਦਾ, ਉਹਨੂੰ ਜੀਵਨ ਵਿੱਚ ਅਪਣਾਉਣਾ ਪੈਂਦਾ ਹੈ। ਉਹਦਾ ਰਸ ਉਹੀ ਜਾਣਦਾ, ਜਿਵੇਂ ਇਸ ਸ਼ਬਦ ਦੀ ਆਖਰੀ ਤੁਕ ਸੀ, ਕਹਿਣ ਲੱਗੇ ਐਸਾ ਸਤ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਅਗਾਈ। ਇੱਕ ਐਸਾ ਸੀ ਰਸ ਸੀ ਜਿਹੜਾ ਮਨ ਨੂੰ ਅੰਮ੍ਰਿਤ ਰੂਪ ਹੋ ਕੇ ਮਿਲਿਆ ਅਤੇ ਮੈਂ ਚੱਖ ਲਿਆ। ਅੰਮ੍ਰਿਤ ਕੀ? ਅਸੀਂ ਮੈਂ ਬਾਹਰੋਂ ਹੀ ਅੰਮ੍ਰਿਤ ਢੂੰਡਦਾ ਰਿਹਾ, ਉਹ ਹੈਗਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਬਾਣੀ ਕਹਿ ਰਹੀ, ਕਹਿਣ ਲੱਗੇ ਗੁਆਚੇ ਹੋਏ ਜੀਵਨ ਨੂੰ ਢੂੰਡਣ ਵਾਲਿਆ, ਤੋਖਲਾ ਚਿੰਤਾ ਮਨ ਵਿੱਚ ਰੱਖ ਕੇ ਦਿਨ ਰਾਤ ਚਿੰਤਾਤਰ ਹੋਇਆ ਹੋਇਆ, ਨੀਂਦ ਦੇ ਸੁੱਖ ਦੀ ਨੀਂਦੇ ਨਾ ਸੌਣ ਵਾਲਿਆ, ਜੇ ਤੈਨੂੰ ਕੁਝ ਵੀ ਫਿਕਰ ਹੈ ਤਾਂ ਤੈਨੂੰ ਇਹ ਪਤਾ ਹੋਵੇ ਜੀਵਨ ਢੂੰਡਣਾ ਪੈਣਾ ਹੈ। ਜਿਹੜਿਆਂ ਵਿੱਚੋਂ ਜੀਵਨ ਨਹੀਂ ਮਿਲਦਾ, ਫੁੱਟਪਾਥ 'ਤੇ ਜੀਵਨ ਨਹੀਂ ਵਿਕਦਾ, ਇੰਨਾ ਸਸਤਾ ਨਹੀਂ। ਤੂੰ ਸੋਚਦਾ ਵੀ 5100 ਰੁਪਇਆ ਦਿੱਤਾ, ਅਖੰਡ ਪਾਠ ਹੋ ਗਿਆ, ਜੀਵਨ ਮਿਲ ਗਿਆ। 5100 ਨਾਲ ਜੀਵਨ ਢੂੰਡਦਾ ਹੈ, ਪਤਾ ਨਹੀਂ ਕਿੰਨੇ 5100 ਤੂੰ ਜੀਵਨ ਵਿੱਚ ਕਮਾਏ। ਜੇ ਇੰਨਾ ਸਸਤਾ ਹੁੰਦਾ ਤਾਂ ਫਿਰ ਉੱਥੋਂ ਉਸ ਸਾਰੀ ਕਮਾਈ ਦੇ ਨਾਲ ਤਾਂ ਫਿਰ ਤਾਂ ਬੜਾ ਸੌਖਾ ਹੋ ਜਾਂਦਾ। ਜੀਵਨ ਕੀ ਹੈ? ਜਿਹੜਾ ਮਨ ਦੇ ਕੇ ਮਿਲਦਾ ਹੈ,
कंचन छुपाइए नहीं तोल, मन दे राम लिया है बोर। इसलिए इस शब्द ने भी एक तो अंदर कह दिता ने मोल नहीं किस करने जोगा, क्या को कहे सुनावे, उनका तो कोई मुल ही नहीं, केड़ा कोई मुल उनका पावे ते कह के सुनावे भी रब एने विच विकदा है मेरा, क्योंकि जीवन मेरा वो है जीवन में जीवन पाया एने विच विकदा है ते मैं खरीद ला, मोल नहीं। सतगुरु ने बाणी विच एवें नहीं आख्या, कहन लगी कवन तराजी कवन तुला, तेरा कवन शराब बुलावा, कवन गुरु कह पै तीख्या लेवा, कह पै मुल करावा, तेरा मुल किवें पावा। साही नाम अमोल कीम ना कोई जान दो, इत्थे भी लफज आ गए मोल नहीं किस करने जोगा, क्या कहे क्या को कहे सुनावे, केड़ा कोई आके दसे भी रब एने विच मिलता है, जे तू एना दान करे एना पुण करे एने अखंड पाठ करावे बस जीवन मिल जाएगा। है कोई ऐसा दम भरन वाला, क्या को कह सुनावे। और अगले पासे लफज कहे कहन लगे कथन कहन ते को, कथन कहन को सोजी नाही, ओ कह के सुनान दे भी मेरे को सोजी नहीं, मेरे को इन्नी भी शक्ति इन्नी सियानप भी नहीं कि मैं उनकी मुल देना तक तेरे अगे मुल पा ही सका, कथन कहन को सोजी नहीं, जो पेख है इस बनावे, जिन्हें उस जीवन नु पेखिया है समझ रहा है देखिया है ओहो ही जीवन बारे जान सकता है, बाकी तो क्या फेल गाई बैठे ने ढूंढ रहे ने मेरा जीवन कितने है। जो दुखा में पै जाते हैं जो जीवन के सामने मौत की दीवार खड़ा मौत का दरिया खड़ा हो जाता है फिर सोची पै जाते हैं भला जीवन कितने है, इधर तो पार कि लंघा आ दुखांत है। अज साड़ी कौम के भी यो दुखांत है क्योंकि असी श्री गुरु ग्रंथ साहब बैठा होया जीवन ढूंढ नहीं रहे, गुरु ने हालांकि आवाज दे के आख्या ते कहन लगे भलिया रतन कोठड़ी अमृत संपूर्ण सतगुरु के खजाने, ये खजाना है स्ट्रांग रूम है, इन दे विच तैनु ढूंढना पैना, गुरु ने जो बख्शिश करनी है वो ऐसे विचों तैनु, क्यों खजाना ही है ना ऐसे विचों तैनु करनी है, पर एक विश्वास कर, मैं गुरु कहते ने एक विश्वास कर कि ये वस्त अगोचर पाई बिना किसी तरदत दे, जे तू आखे भी मैं मन भी ना बनावा चार पैसे दे के खरीद लवा, ये नहीं, गुरु ने इसलिए फैसला दिता ते कहन लगे अच्छे किछे कहने न जा, अचरजे किछे कहने न जा, वस्त अगोचर पाई, वस्त अगोचर भाई किछ कहने न जाई, अचरज किछ कहने न जाई, अचरज किछ कहने न जाई। बिन शब्द अंतर अनेरा, जीवन ढूंढ रहे हैं पर अंदर अनेरा है, कितों मिले
ਕਹਿਣ ਲੱਗੇ ਇਸੇ ਲਈ ਕਹਿਣ ਲੱਗੇ ਜਬ ਦੇਖਾ ਤਬ ਗਾਵਾ ਤੇ ਦੇਖਿਆ ਕਦੋਂ ਕਹਿਣ ਲੱਗੇ ਰਤਨ ਕਮਲ ਕੋਠਰੀ ਚਮਕਾਰ ਬੀਜਲ ਤੇ ਜਿਵੇਂ ਬਿਜਲੀ ਚਮਕਦੀ ਹੈ ਨਾ ਤੇ ਮਨੁੱਖ ਦੀਆਂ ਅੱਖਾਂ ਧੁੰਦੇ ਆ ਜਾਂਦੀਆਂ ਨੇ ਮੁਸ਼ਕਲ ਹੋ ਜਾਂਦਾ ਇੰਨੀ ਤੇਜ਼ ਚਮਕ ਹੁੰਦੀ ਹੈ ਕਹਿੰਦੇ ਨੇ ਸ਼ਬਦ ਦੀ ਇੰਨੀ ਤੇਜ਼ ਚਮਕ ਹੈ ਜਿਸ ਦਿਨ ਤੇਰੇ ਅੰਦਰ ਜਗ ਪਿਆ ਤੈਨੂੰ ਸਭ ਕੁਝ ਦਿਸ ਜਾਏਗਾ ਸਭ ਕੁਝ ਦਿਸ ਜਾਏਗਾ ਤੈਨੂੰ ਫਿਰ ਜੀਵਨ ਢੂੰਡਣ ਦੀ ਲੋੜ ਨਹੀਂ ਪਏਗੀ ਜੀਵਨ ਤੇਰੇ ਸਾਹਮਣੇ ਹੋਵੇਗਾ ਮੈਨੂੰ ਮਾਲਕ ਨੇ ਦਿੱਤਾ ਹੈ ਕੌਣ ਹੁੰਦਾ ਹੈ ਮੇਰੇ ਕੋਲੋਂ ਜੀਵਨ ਖੋਣ ਵਾਲਾ ਅੱਜ ਮਨੁੱਖ ਨੂੰ ਸਿੱਖ ਨੂੰ ਵੀ ਇਹ ਤੋਖਲਾ ਹੈ ਕਿ ਸਾਨੂੰ ਸਾਡੇ ਜੀਵਨ ਖਤਰੇ ਵਿੱਚ ਹੈ ਭਰਿਆ ਕੌਣ ਹੈ ਜੀਵਨ ਖੋਣ ਵਾਲਾ ਕਿਉਂਕਿ ਉਹਨਾਂ ਸਾਨੂੰ ਜੀਵਨ ਦਿੱਤਾ ਨਹੀਂ ਜਿਹਦੇ ਕੋਲੋਂ ਜੀਵਨ ਦਿੱਤਾ ਅਸੀਂ ਉਹਦੇ ਨਾਲ ਜੁੜ ਜਾਈਏ ਆਖ ਸਕੀਏ ਕਿ ਤੂੰ ਸਾਨੂੰ ਜੀਵਨ ਦਿੱਤਾ ਨਹੀਂ ਤੂੰ ਸਾਡਾ ਜੀਵਨ ਲੈ ਵੀ ਨਹੀਂ ਸਕਦਾ ਦੇਣ ਲੈ ਏਕ ਤੂੰ ਦਿਗਰ ਕੌਣ ਹੈ ਹੋਰ ਦੂਜਾ ਕੋਈ ਨਹੀਂ ਸਾਡੇ ਕੋਲੋਂ ਜੀਵਨ ਲੈਣ ਵਾਲਾ ਇਹਨਾਂ ਲਫਜ਼ਾਂ ਨਾਲ ਖਿਮਾਦਾ ਜਾ ਚੁੱਕਾਂ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਨੂੰ ਢੂੰਡੀਏ ਸ਼ਬਦ ਦੀ ਤਹਿ ਤੱਕ ਜਾਈਏ ਤਾਂ ਕਿ ਜਿਸ ਜੀਵਨ ਤੋਂ ਬਿਖਰੇ ਹੋਏ ਹਾਂ ਜਿਸ ਜੀਵਨ ਤੋਂ ਵਿਛੜ ਰਹੇ ਹਾਂ ਅਤੇ ਜਿਸ ਅੰਧੇਰੇ ਵਿੱਚ ਫਿਰ ਰਹੇ ਹਾਂ ਧੱਕੇ ਅਤੇ ਠੇਡੇ ਖਾ ਰਹੇ ਹਾਂ ਉਹਦੇ ਹਨੇਰੇ ਤੋਂ ਬਾਹਰ ਨਿਕਲ ਕੇ ਸ਼ਬਦ ਦੇ ਚਾਨਣ ਵਿੱਚ ਅਸੀਂ ਆਪਣੇ ਜੀਵਨ ਨੂੰ ਪਛਾਣ ਸਕੀਏ ਇਹਨਾਂ ਸ਼ਬਦਾਂ ਨਾਲ ਖਿਮਾਉਂਦਾ ਜਾ ਚੁੱਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ